ਅਸੀਂ ਇੱਥੇ ਕੋਈ ਰਸਤਾ ਥੋੜੀ ਆ, ਪਿੰਡ ਬੇਲਾ ਤਾਜੋਵਾਲ ਸਤਲੁਜ ਦਰਿਆ ਦੇ ਬੰਨ ਤੇ ਹੈ, ਜਿੱਥੇ ਕਿ ਬਹੁਤ ਸੈਂਸਿਟਿਵ ਪੁਆਇੰਟ ਬਣ ਚੁੱਕਾ ਟੁੱਟਣ ਵਾਸਤੇ। ਇਹ ਸਾਰਾ ਕੁਛ ਰੇਤ ਮਾਫੀਆ ਕਰਕੇ, ਇਹ ਸਾਰਾ ਰੇਤ ਮਾਫੀਆ ਨੇ ਨੀਵਾਂ ਕਰ ਦਿੱਤਾ, ਘੁਮਾ ਘੁਮਾ ਕੇ ਇੱਥੇ ਕਰਾਹ ਡੇਲੀ ਡੇਲੀ। ਤੇ ਹੁਣ ਪਿੰਡਾਂ ਵਾਲੇ ਨੇ ਆਪਣੀਆਂ ਆਹ ਟਰਾਲੀਆਂ ਟੂਲ ਲਈਆਂ, ਪ੍ਰਸ਼ਾਸਨ ਦੀ ਮਿਲੀ ਭੁਗਤਾਨਾ ਹੋਇਆ। ਇਹ ਸਾਡੇ ਲੰਬਰਦਾਰ ਜੀ ਹੈ ਪਿੰਡ ਤਾਜੋਵਾਲ ਤੋਂ, ਤੇ ਪ੍ਰਸ਼ਾਸਨ ਵਾਲੇ ਕੋਈ ਮਤਲਬ ਇੱਧਰ ਉੱਧਰ ਗੱਡੀ ਸਾਡੀ ਆ ਕੇ ਹੁਣ ਤੱਕ, ਤੇ ਮੈਂਬਰ ਪੰਚਾਇਤ ਆ ਜੀ, ਪਰ ਕੋਈ ਵੀ ਬੰਦਾ ਇੱਥੇ ਕੋਈ ਵੀ ਪ੍ਰਸ਼ਾਸਨ ਵਾਲਾ ਗੱਲ ਸੁਣਨ ਨੂੰ ਤਿਆਰ ਨਹੀਂ। ਆਏ ਗੇੜਾ ਮਾਰ ਕੇ ਤੁਰ ਗਏ ਸਾਰੇ। ਔਰ ਇਸ ਪੁਆਇੰਟ ਜਿਹੜਾ ਪਿੰਡਾਂ ਵਾਲੇ ਮਿੱਟੀ ਪਾ ਰਹੇ ਹੈ, ਇੱਥੇ ਪ੍ਰਸ਼ਾਸਨ ਤੁਹਾਨੂੰ ਕੁਛ ਨਹੀਂ ਨਜ਼ਰ ਆ ਰਿਹਾ। ਦੇਖੋ ਪਾਣੀ ਪੈਣੀ ਹੈ, ਆਹ ਬਿਲਕੁਲ ਥੋੜ੍ਹਾ ਜਿਹਾ ਰਹਿ ਗਿਆ ਬਸ ਟੁੱਟਣ ਵਾਸਤੇ। ਇੱਧਰੋਂ ਵੀ ਉੱਧਰੋਂ ਵੀ ਦੇਖੋ ਆਹ ਪਿੰਡਾਂ ਵਾਲੇ, ਆਹ ਪਿੰਡਾਂ ਵਾਲੇ ਰੇਤਾ ਇੱਥੇ ਨਾ ਮਿੱਟੀ ਵਿਖੜਦੇ, ਅਤੇ ਆਹ ਜਿਹੜਾ ਮਾਈਨਿੰਗ ਦੇ ਬਣਾਇਆ ਮਾਈਨਿੰਗ ਵਾਸਤੇ, ਆਹ ਹੁਣ ਇੱਥੋਂ ਟੁੱਟ ਜਾਣਾ ਸੀ ਉੱਧਰ ਆ। ਠੀਕ ਹੈ ਜੀ, ਨਿਸ਼ਾਨ ਲਾਇਆ ਹੋਇਆ, ਉਹ ਤੋਂ ਇੱਕ ਫੁੱਟ ਪਾਣੀ ਹੋਰ ਚੜ੍ਹ ਚੁੱਕਿਆ, ਇੱਕ ਫੁੱਟ ਹੋਰ ਚੜ੍ਹ ਚੁੱਕਿਆ ਪਾਣੀ।